ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਰ ਆਰਮਸਟੈਡੀ ਬੀਤ ਜੋਬ ਅਲਰਟ ਤੇ ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ 4400 ਪੋਸਟਾਂ ਜਿਹੜੀ ਭਰਤੀ ਆਈ ਹੈ ਤਾਂ ਨੋਟੀਫਿਕੇਸ਼ਨ ਇਹਦੇ ਸਬੰਧ ਵਿੱਚ ਜਾਰੀ ਹੋ ਚੁੱਕੇ ਹੈ ਫੀਸ ਕਿੰਨੀ ਹੈ ਉਮਰ ਹੱਦ ਕਿੰਨੀ ਹੈ ਆਖਰੀ ਮਿਤੀ ਕਿੰਨੀ ਹੈ ਤਾਂ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਪੋਸਟਾਂ ਆਈਆਂ ਨੇ ਜੀ ਦੀ ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਜਾਨੀ IBPS ਦੇ ਵਿੱਚ SO ਦੀਆਂ ਤਾਂ ਸਰਕਾਰੀ ਖੇਤਰ ਹੈ ਅਤੇ ਇਸ ਦੇ ਬੈਂਕਾਂ ਦੇ ਵਿੱਚ ਪ੍ਰੋਵੀਸ਼ਨਰੀ ਅਫਸਰ ਟੀ ਮੈਨੇਜਮੈਂਟ ਟ੍ਰੇਨੀ ਦੀਆਂ ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ CRP PO MT ਲਈ ਨੋਟੀਫਿਕੇਸ਼ਨ ਜਿਹੜਾ ਜਾਰੀ ਕਰ ਦਿੱਤਾ ਗਿਆ ਅਤੇ ਨਾਲ ਹੀ ਇਹ ਸੰਸਥਾ ਨੇ ਸਿਰਫ PSU ਬੈਂਕਾਂ ਦੇ ਜੋ ਸਪੈਸ਼ਲਿਸਟ ਅਫਸਰਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਕਰਵਾਈ ਜਾਣ ਵਾਲੀ ਪ੍ਰੀਖਿਆ ਲਈ ਵੀ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਦੂਮਾ ਪ੍ਰੀਖਿਆਵਾਂ ਲਈ ਨੋਟੀਫਿਕੇਸ਼ਨ 1 ਅਗਸਤ 2023 ਨੂੰ ਜਿਹੜਾ ਜਾਰੀ ਕੀਤਾ ਗਿਆ ਸੀ ਤਾਂ 4451 ਜਿਹੜੀਆਂ ਅਸਾਮੀਆਂ ਨੇ ਤਾਂ IBPS ਦੇ ਇਸ BO ਪ੍ਰੀਖਿਆ ਲਈ 3049 ਪ੍ਰੋਵੀਜ਼ਨਰੀ ਅਫਸਰਾਂ ਤੇ ਪ੍ਰਬੰਧਨ ਸਖਿਆਰਤੀ ਦੀਆਂ ਸਾਮੀਆਂ ਲਈ ਸਿੱਧੀ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਹੋਇਆ ਅਤੇ ਸੰਸਥਾ ਨੇ ਐਸਓ ਪ੍ਰੀਖਿਆ ਲਈ ਕੁੱਲ 14200 ਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੋਵਾਂ ਭਰਤੀਆਂ ਲਈ ਕੁੱਲ 4451 ਸਾਮੀਆਂ ਲਈ ਇਸ਼ਤਿਹਾਰ ਰੈਡ ਦਿੱਤਾ ਗਿਆ ਹੈ। ਦੋਵਾਂ ਪ੍ਰੀਖਿਆਵਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਾਲ ਹੀ 1 ਅਗਸਤ ਤੋਂ ਅਰਜ਼ੀਆਂ ਦੀ ਪ੍ਰਕਿਰਿਆ ਲਈ ਸ਼ੁਰੂ ਹੋ ਚੁੱਕੀ ਹੈ ਅਤੇ 21 ਅਗਸਤ 2023 ਤੱਕ ਤੁਸੀਂ ਆਪਣੀ ਅਰਜ਼ੀ ਜਿਹੜੀ ਜਮ੍ਹਾਂ ਕਰਵਾ ਸਕਦੇ ਹੋ। ਤਾਂ ਤੁਸੀਂ ਇਹਨਾਂ ਦੀ ਵੈੱਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ibps.in ਇਹ ਨਵੀਂ ਵੈਬਸਾਈਟ ਹੈ ਫੀਸਲੀ ਇਹਦੇ ਵਿੱਚ ਆਪਾਂ ਗੱਲ ਕਰੀਏ ਤਾਰਜੀ ਦੌਰਾਨ ਉਮੀਦਵਾਰਾਂ ਨੂੰ ਆਨਲਾਈਨ ਸਾਧਰ ਰਾਂਹੀ 850 ਰੁਪਏ ਦੀ ਫੀਸ ਦੇਣੀ ਪਵੇਗੀ ਜਿਹੜੇ ਆਖਮੀ ਸਰਣੀ ਨਾਲ ਸੰਬੰਧਿਤ ਦਾ ਉਮੀਦਵਾਰ ਨੇ ਤਾਂ ਉਹਨਾਂ ਲਈ 175 ਰੁਪਏ ਫੀਸ ਹੈ ਜਿਹੜੀ ਇਹਦੇ ਵਿੱਚ ਰੱਖੀ ਗਈ ਹੈ ਤਾਂ ਜੋ ਵੀ ਉਮੀਦਵਾਰ ਇਹਨਾਂ ਪੋਸਟਾਂ ਤੇ ਅਪਲਾਈ ਕਰਨਾ ਚਾਹੁੰਦੇ ਆ ਅਪਲਾਈ ਕਰ ਸਕਦੇ ਆ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ